को सुनते गाने को सैयद खलील शाह का सलाम अल सैयद एग्रो की जानब से बाबा खलील शाह तुम गल करना पैवा तुम आ रहे जी माशाल्लाह जी मशीन सामने खलोती है हेडमास्टर 80-70 इस सुबह का टाइम है तकरीबन 9 बज रहे ने असी थोड़ी रिपेयर करने पे मशीन की इधर भी थोड़े जे स्टाल लगे ने सामने बबल बख्श का काम कर रहे हैं तुम आ रहे हैं तो उस तो अलावा इधर एक साढ़े साहबजाद साहब लगे ने जो इस टाइम ब्लेड तैयार कर रहे हैं तो ब्लेड नवे ला रहे हैं तुम आ रहे हैं दात्री नवी तैयार की इन्होंने सुबह नमाज पढ़ के लग गए सन सारे नवे ब्लेड ने पहलों ग्राइंडर ना कट के नालों छटाए ने पट्टी दियो यह नवे ब्लेड ला रहे जज्जी के बने हुए ब्लेड ने स्पैशल ब्लेड लोरों आए ने जज्जी को एक नहीं जज्जी नहीं आ गए ਕਿਹੜੀ ਕੰਪਨੀ ਦੇ ਬਲੇਡ ਨੇ ਇਹ ਸਕਾਈ ਕੰਪਨੀ ਹੈ ਚੈਨਾ ਦੀ ਹਾਂਜੀ ਇਹ ਸਾਰਾ ਡਰਾਈਵਰ ਜ਼ਾਦ ਕਹਿ ਰਹੇ ਨੇ ਸਕਾਈ ਕੰਪਨੀ ਹੈ ਚੈਨਾ ਦੀ ਇਹ ਬੜੇ ਅੱਛੇ ਬਲੇਡ ਨੇ ਤੁਹਾਨੂੰ ਵਾ ਰਹੇ ਆ ਇਸ ਟਾਈਮ ਪੱਟੀ ਤਿਆਰ ਕਰਦੇ ਪਏ ਨੇ ਮਾਸ਼ਾਅੱਲਾ 200 ਕਿਲਾ ਵੜ ਲਿਆ ਸੀ ਤੇ ਪੱਟੀ ਚੇਂਜ ਕਰਨੀ ਸੀ ਵੱਡੀ ਕਨਾਤ ਆ ਗਈ ਸੀ 09 ਮੜਦੇ ਰਹੇ ਆ ਕੇ ਹਾਂਜੀ ਆ ਰਹੇ ਨੇ ਜੀ 200 ਕਿਲਾ ਵੜ ਲਿਆ ਇਸ ਪੱਟੀ ਦੇ ਨਾਲ ਉਹਨੂੰ ਕੋ ਆ ਗਈ ਵੱਡੀ ਕਾਇਨਾਤ ਉਹਦੇ ਵਾਸਤੇ ਬਲੇਡ ਜਿਹੜੇ ਬਿਹਤਰੀਨ ਫਰੈਸ਼ ਬਲੇਡ ਚਾਹੀਦੇ ਨੇ ਹਾਂਜੀ ਤਾਂ ਵੜਦੀ ਉਹ ਤਾਂ ਕਟਾਈ ਹੋਵੇਗੀ ਕਣਕ ਮੂੰਜੀ ਦਾ ਯਾਨੀ ਕਿ ਉਹ ਕੱਦ ਬਹੁਤ ਜ਼ਿਆਦਾ ਹੁੰਦਾ ਇਸ ਇਲਾਕੇ ਦੇ ਵਿੱਚ ਅਤੇ ਇਸ ਵਾਸਤੇ ਪੂਰੀ ਤਿਆਰੀ ਦੇ ਨਾਲ ਇਸ ਟਾਈਮ ਨਿਕਲੇ ਨੇ ਆਪਾਂ ਮਸ਼ੀਨ ਦਾ ਬੈਲਟ ਵੀ ਚੇਂਜ ਕਰ ਲਿਆ ਵੱਡਾ ਬੈਲਟ ਜਿਹੜਾ ਮੇਨ ਇੰਜਨ ਤੋਂ ਪੂਰੇ ਹੋ ਜਾਗੇ ਇੰਜਨ ਦੇ ਨਾਲ ਜਿਹੜਾ ਕੱਲ੍ਹ ਬਣਾ ਬਿਲਡ ਬਣਾਈ ਸੀ ਨਾ ਉਹ ਖਰਾਬ ਹੋ ਗਿਆ ਜੀ ਕੋਈ ਬਹੁਤ ਗਾ ਸਾਰਾ ਇਹ ਵੇਲੇ ਪੱਟੀ ਬਿਲਕੁਲ ਤਿਆਰ ਇਸ ਟਾਈਮ ਆਖਰੀ ਬਲੇਡ ਲੱਗਣਾ ਰਹਿ ਗਿਆ ਨੂੰ ਬੈਲਟ ਵੀ ਚਾਲ ਨਵਾਂ ਬਾਕੀ ਸਾਰੀਆਂ ਪੱਟੀਆਂ ਬਲੇਡ ਚੇਂਜ ਹੋ ਗਏ ਨੇ ਆਖਰੀ ਬਲੇਡ ਰਹਿ ਗਿਆ ਇੱਕ ਬਾਬਾ ਜ਼ਾਹਰ ਸ਼ਾਹ ਸਾਹਿਬ ਲੱਗੇ ਨੇ ਬੜੀ ਮਿਹਨਤ ਨਾਲ ਸੁਬਾ ਸੁਬਾ ਭੁੱਖਣ ਪਾਣੇ ਰੋਟੀ ਆਈ ਪਈ ਹੈ ਅੰਦਰ ਨੇ ਰੋਟੀ ਨਹੀਂ ਖਾਣੀ ਜਿੰਨੀ ਦੇਰ ਤੱਕ ਕੰਮ ਨਹੀਂ ਮੁੱਕਦਾ ਅਤੇ ਇਸ ਵਾਸਤੇ ਕਿ ਹੁਣ ਬਲੇਡ ਲਾ ਕੇ ਨਾਸ਼ਤਾ ਕਰਨਾ ਹੈ ਸਾ ਜੇ ਇਹ ਕੱਲ੍ਹ ਵੀ ਅਸੀਂ ਰਿਪੇਅਰ ਕੀਤਾ ਸੀ ਲੇਕਿਨ ਸਾਡੇ ਕੋਲੋਂ ਵਿੱਚੋਂ ਸਹੀ ਫਿੱਟ ਨਹੀਂ ਹੋਇਆ ਅੱਜ ਦੁਬਾਰਾ ਫਿਰ ਕੋਸ਼ਿਸ਼ ਕਰਕੇ ਇਹ ਮੈਨੇ ਦੁਬਾਰਾ ਇੱਕ ਹੋਰ ਚੇਂਜ ਕੀਤਾ ਬਾਬਲ ਬਖਸ਼ ਸਾਹਿਬ ਯਾਰ ਬਾਬਾ ਭੈਣ ਨੂੰ ਲੰਨ ਦੇ ਕਿਹੜੇ ਚੱਕਰਾਂ ਪਿਆ ਉਹਦੇ ਇਹ ਗਰੀਸ ਹੋ ਰਹੀ ਹੈ ਤੇ ਰਜ਼ਵਾਨ ਚੱਲਦਾ ਪਿਆ ਮੂਵੀਆਂ ਦੀ ਭੈਣ ਨੂੰ ਗੜੀ ਰਜ਼ਵਾਨ ਆਂਦਾ ਪਿਆ ਭਾਅ ਜੀ ਲੈ ਜਾਓ ਇੱਥੋਂ ਪਰਾਂ ਕਿਹੜੇ ਕੰਮ ਨੂੰ ਪਿਆ ਆਵੇ ਘੁਮਾ ਕੇ ਖਾਂਦਾ ਪਿਆ ਤੁਹਾਨੂੰ ਕਿੱਡੀ ਸਪੀਡ ਨਾਲ ਘੁੰਮਦਾ ਪਿਆ ਤੇ ਇਹ ਬੱਚਾ ਇੱਕ ਅਲੀ ਜ਼ਫਰ ਗਰੀਸ ਕਰਦਾ ਪਿਆ ਪਬਲਿਕ ਨੂੰ ਇਹ ਵੇਖੋ ਗੁੱਲੀ ਨੇ ਬਕਸਾ ਜਿਹੜਾ ਨਾ ਤੋੜ ਛੱਡਿਆ ਸਾਰਾ ਪਤਾ ਨਹੀਂ ਕੀ ਮਸਲਾ ਬਣਿਆ ਵੇਖ ਇੰਜ ਘੁੰਮਦੀ ਰਹੀ ਹੈ ਵਿੱਚ ਇਹ ਸਲਾਹ ਕਾ ਛੱਡਿਆ ਇੰਨਾ ਤਾਂ ਖਰਾਦੀਆਂ ਵੀ ਨਹੀਂ ਕਰਦਾ ਹਿਸਾਬ ਜਿਵੇਂ ਇਹ ਗੁੱਲੀ ਨੇ ਕੀਤਾ ਹੈ ਇਹ ਨਵਾਂ ਚੇਂਜ ਕੀਤਾ ਇਹ ਹੁਣ ਗਰੀਸ ਕਰਕੇ ਤੇ ਬੈਲਟ ਜਿਹੜਾ ਇੰਜਨ ਦੇ ਨਾਲ ਪੂਰਾ ਵੱਡਾ ਹੁੰਦਾ ਉਹਦਾ ਬੈਲਟ ਹੁੰਦਾ 3-way ਲੇਕਿਨ ਇਹ ਇਸ ਟਾਈਮ 6ਵਾਂ ਸੀਜ਼ਨ ਲਾ ਕੇ ਇਹ 2-way ਰਹਿ ਗਿਆ ਇਹ ਮਾਲਕਾਂ ਨੇ ਇਹਨੂੰ ਕੱਢ ਕੇ ਬਾਹਰ ਸਿੱਟਿਆ ਐ ਵੇਖਦੇ ਪਏ ਹੁਣ 2-way ਰਹਿ ਗਿਆ ਟੁੱਟ ਗਿਆ ਪਾੜ ਗਿਆ ਵਿੱਚੋਂ ਅਤੇ ਇਹ ਬੜਾ ਸੀਜ਼ਨ ਲਾਇਆ ਇਸ ਬੈਲਟ ਨੇ ਮਿਸਟਿਊ ਪੁਸ਼ੀ ਦਾ ਬੈਲਟ ਸੀ ਇਹ ਆਪਣੇ ਪੈਸੇ ਪੂਰੇ ਕਰ ਗਿਆ ਇਸ ਤੋਂ ਇਲਾਵਾ ਤੁਹਾਨੂੰ ਵਿਖਾ ਰਹੇ ਜਿਹੜਾ ਨਵਾਂ ਬੈਲਟ ਪਾਇਆ ਲਿਆ ਕੇ ਐ ਵੇਖਦੇ ਵੀ ਉਹ ਮੇਨ ਬੈਲਟ ਹੁਣ ਇਹ ਪਾਇਆ ਲਿਆ ਕੇ ਨਵਾਂ ਬਿਲਕੁਲ ਫਰੈਸ਼ 11,215 ਰੁਪਈਏ ਦਾ ਆਇਆ ਜੇ ਇਹ ਬੈਲਟ ਇਸ ਟਾਈਮ ਰਾਤੀ ਜਾ ਕੇ ਅਸੀਂ ਬਾਗੜ ਪੁਲ ਤੋਂ ਸਪੈਸ਼ਲ ਗੱਡੀ ਲੈ ਗਏ ਹਾਂ ਉਸ ਤੋਂ ਇਲਾਵਾ ਇਹ ਸਾਡੀ ਬੂਮ ਦਾ ਜਿਹੜਾ ਸੀ ਜੈਕ ਇਹਦੀਆਂ ਸੀਲਾਂ ਲੀਕ ਸਨ ਇਹ ਸੀਲਾਂ ਵੀ ਲਿਆ ਕੇ ਨਵੀਆਂ ਰਾਤੀ ਪਾਈਆਂ ਨੇ ਇਹ ਸੀਲ ਇੱਕ ਸੀਲ ਜਿਹੜੀ ਆਈ ਹੈ 350 ਦੀ 200 ਰੁਪਈਆ ਸਾਡਾ ਕਿਰਾਇਆ ਲੱਗ ਗਿਆ ਜੇ 2,000 ਰੁਪਈਆ ਐਵੇਂ ਪਏ ਆ ਜੈਕ ਇਹ ਸੀਲ ਨਵੀਂ ਪੈ ਗਈ ਹੈ ਜੈਕ ਜਿਹੜਾ ਬਿਲਕੁਲ ਓਕੇ ਹੋ ਗਿਆ ਠੰਡਾ ਹੋ ਗਿਆ ਇਹ ਸੀਲ ਲੀਕ ਹੁੰਦਾ ਪਿਆ ਅਸੀਂ ਇਸ ਵਾਸਤੇ ਰਾਤੀ ਸਪੈਸ਼ਲ ਜੈਕ ਬਦਲਣ ਵਾਸਤੇ ਅਸੀਂ ਜੈਕ ਲੈਣ ਗਏ ਹਾਂ ਮਾਸ਼ਾਅੱਲਾ ਬੜੀ ਸਪੀਡ ਨਾਲ ਘੁੰਮਣ ਡਿਆ ਹੁੰਦੇ ਅਤੇ ਦੂਜਾ ਜਿਹੜਾ ਪੁਰਾਣਾ ਸੀ ਆ ਮੁੱਕੀ ਪਈ ਤੇ ਨਰਾਲ ਦੀ ਅਤੇ ਇਹ ਸਾਹਮਣੇ ਪੁਰਾਣਾ ਲਾ ਕੇ ਰੱਖਿਆ ਪਿਆ ਬਬਲ ਬਕਸਾ ਇਹਨੂੰ ਰਿਪੇਅਰ ਕਰਨਗੇ ਖੋਲ੍ਹ ਕੇ ਚੈੱਕ ਕਰਨ ਲੱਗੇ ਨੇ ਵਿੱਚੋਂ ਕੀ ਮਸਲਾ ਬਣਿਆ ਕੀ ਚੀਜ਼ ਖਰਾਬ ਹੈ ਇਹ ਜੇ ਸਤਾਰ ਮਹਾਨਾ ਜੇਬ ਜਿੰਨਾ ਰੁਪਈਆ ਨਾ ਆਨਾ ਇਹ ਇਸ ਟਾਈਮ ਬਿਲਕੁਲ ਖੋਲ੍ਹ ਕੇ ਰੈਡੀ ਕਰਨ ਲੱਗੇ ਨੇ ਬਬਲ ਬਕਸਾ 'ਚ ਗਰੀਸ ਲੱਗਣਗੇ ਵੇਖਣਗੇ ਚੈੱਕ ਕਰਨਗੇ ਇਹ ਯੂਟਿਊਬ ਚੈਨਲ ਸੈਯਦ ਜ਼ਾਹਰ ਸ਼ਾਹ ਦੇ ਨਾਂ ਤੋਂ ਬਣਿਆ ਹੋਇਆ ਜੇ ਅਤੇ ਮੇਰੀ ਤੁਹਾਡੇ ਇੱਕ ਰਿਕੁਐਸਟ ਹੈ ਕਿ ਬੈੱਲ ਦਾ ਬਟਨ ਆਈ ਬੈੱਲ ਦਾ ਬਟਨ ਜ਼ਰੂਰ ਦਬਾਓ ਇਸ ਬੱਚੇ ਨੂੰ ਵਿਊ ਦਿਓ ਫੋਲੋਵਰ ਕਰੋ
ਤੇ ਵਾਚ ਟਾਈਮ ਇਹ ਮੂਵੀ ਸਾਰੀ ਮੁਕੰਮਲ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਰਿਪੇਅਰਿੰਗ ਕੀ ਚੀਜ਼ ਹੁੰਦੀ ਹੈ। ਬੋਲਾਂਗਾ ਕੈਬਨ ਨੂੰ ਕੀ ਹੋ ਗਿਆ ਉਹ ਦੰਦਾ ਆਪਣਾ ਨਹੀਂ ਯਾਰ ਨਹੀਂ ਬੱਜੀ ਪੁੱਛਿਆ ਨਹੀਂ ਇੱਥੇ ਤਾਰ ਲਾ ਓਏ ਅਸਮਾਨ ਸਮੂਨ ਕੁਝ ਨਹੀਂ ਥੱਲੇ ਉੱਤੇ ਪਿਆ ਜੀ ਠੀਕ ਪਿਆ ਦੋਨੋਂ ਬਹਿ ਕੇ ਨਹੀਂ ਰਿਹਾ ਕੁਛ।